ਇਸ ਟਰੈਕਟਰ ਦੇ ਵਿੱਚ ਕਿੰਨੇ ਸਬ ਵੂਫਰ ਆ? ਟੋਟਲ 26 ਸਬ ਵੂਫਰ ਆਪਾਂ ਜੀ, 26 ਸਬ ਵੂਫਰ ਤੁਸੀਂ ਚੈੱਕ ਕਰ ਸਕਦੇ ਹੋ ਭਾਈ ਸਾਹਿਬ। ਪੂਰੀ ਦੀ ਪੂਰੀ ਦੀਵਾਰ ਤੁਸੀਂ ਦੇਖ ਸਕਦੇ ਹੋ, ਇਹ ਪੂਰੀ ਜਿਹੜੀ ਵਾਲ ਹੈ ਇਹ ਸਬ ਵੂਫਰਸ ਨਾਲ ਭਰੀ ਹੋਈ ਹੈ। ਤਾਂ ਦੋਸਤੋ ਇੱਕ ਵਾਰ ਫਿਰ ਅਸੀਂ ਆ ਗਏ ਹਾਂ ਜੀ ਗਿੱਲ ਕਾਰ ਓਡੀਓ 'ਤੇ, ਅਤੇ 3 ਪੰਜਾਬ ਦੇ ਐਸੇ ਫੇਮਸ ਟਰੈਕਟਰ ਤੁਹਾਡੇ ਕੋਲ ਲੈ ਕੇ ਆਏ ਹਾਂ ਜਿਹੜੇ ਤੁਸੀਂ ਅੱਜ ਤੋਂ ਪਹਿਲਾਂ ਨਹੀਂ ਦੇਖੇ ਹੋਣਗੇ। ਜ਼ਬਰਦਸਤ ਤਿਆਰ ਹੈ, ਅਤੇ ਪੰਜਾਬ ਦੇ 3 ਮਸ਼ਹੂਰ ਟਰੈਕਟਰ ਹੈ, ਅਤੇ ਪਾਰਟ 1 'ਚ ਤੁਹਾਨੂੰ ਇੱਕ ਦਿਖਾਵਾਂਗੇ, ਪਾਰਟ 2 'ਚ ਸੈਕਿੰਡ, ਅਤੇ ਪਾਰਟ 3 'ਚ ਜਿਹੜਾ ਵਾ ਉਹ 3rd ਟਰੈਕਟਰ। ਅਤੇ ਜਲਦੀ ਜਲਦੀ ਚੈਨਲ ਨੂੰ ਫੋਲੋ ਕਰ ਲਓ, ਸਬਸਕ੍ਰਾਈਬ ਕਰ ਲਓ, ਅਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਹੜੇ ਟਰੈਕਟਰ ਲਵਰ ਦੋਸਤ ਹੈ ਤੁਹਾਡੇ। ਅਤੇ ਗਿੱਲ ਭਾਅ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਅ ਜੀ। ਅਤੇ ਭਾਅ ਜੀ ਇਹ ਸਭ ਤੋਂ ਪਹਿਲੇ ਕੂਨਾ ਟਰੈਕਟਰ? ਹਾਂਜੀ ਭਾਅ ਜੀ, ਹੁਣ ਦਲਜੀਤ ਭਾਅ ਜੀ ਹੋਣਾ, ਦਲਜੀਤ ਭਾਅ ਜੀ ਦਾ ਨਵੇਂ ਨਵੇਂ, ਤੁਹਾਨੂੰ ਪਤਾ ਭਾਅ ਜੀ ਟਰੈਕਟਰ ਨੂੰ ਮੋਡੀਫਿਕੇਸ਼ਨ ਹੈ ਜਿਹੜੀ ਉਹ ਕਰਵਾਉਂਦੇ ਰਹਿੰਦੇ ਆ, ਅਤੇ ਐਂਡ ਮੋਡੀਫਿਕੇਸ਼ਨ ਅੱਜ ਇੱਕ ਵਾਰੀ ਫਿਰ ਆ ਗਈ ਹੈ, ਅਤੇ ਸਭ ਤੋਂ ਪਹਿਲੀ ਵੀਡੀਓ ਆਈ ਹੈ ਮੋਡੀਫਾਈਡ ਕਲੱਬ 'ਤੇ। ਹਾਂ ਭਾਅ ਜੀ, ਅਤੇ ਆਓ ਡਿਟੇਲ ਸਟਾਰਟ ਕਰਦੇ ਹਾਂ, ਅਤੇ ਪਾਰਟ 2 ਅਤੇ ਪਾਰਟ 3 ਦੇਖਣ ਵਾਸਤੇ ਇੱਕ ਵਾਰ ਫਿਰ ਰਿਕੁਐਸਟ ਕਰੂੰਗਾ ਚੈਨਲ ਨੂੰ ਫੋਲੋ ਕਰ ਲਓ, ਅਤੇ ਵੇਟ ਜ਼ਰੂਰ ਕਰੀਓ ਕਿਉਂਕਿ ਵਧੀਆ ਵੀਡੀਓਜ਼ ਆਉਣ ਵਾਲੀਆਂ ਨੇ। ਅਤੇ ਆਓ ਤੁਹਾਨੂੰ ਸਟਾਰਟ ਕਰਦੇ ਹਾਂ ਪਹਿਲਾ ਟਰੈਕਟਰ ਅੱਜ ਦਾ, ਕੂਨਰ ਪਾਰਟ 1। ਪਹਿਲਾ ਟਰੈਕਟਰ ਹੈ ਖੜਾ, ਦੂਸਰਾ ਉਹ ਅਤੇ ਤੀਸਰਾ ਉਹ, ਤਿੰਨੋਂ ਪਾਰਟ ਦੇ ਵਿੱਚ ਤੁਹਾਨੂੰ ਆਪਾਂ ਤਿੰਨੋਂ ਟਰੈਕਟਰ ਦਿਖਾਵਾਂਗੇ, ਅਤੇ ਪਹਿਲਾ ਪਾਰਟ ਸਟਾਰਟ ਕਰਨ ਜਾ ਰਹੇ ਹਾਂ ਕੂਨਰ ਦਾ। ਦਿਲਜੀਤ ਕੂਨਰ ਵੀਰ ਦਾ ਤੁਸੀਂ ਬਹੁਤ ਪਿਆਰ ਦਿੰਦੇ ਹੋ ਇਸ ਟਰੈਕਟਰ ਨੂੰ ਹਰ ਵਾਰ, ਇੱਕ ਵਾਰ ਫਿਰ ਤਿਆਰ ਹੋਇਆ ਜੀ ਗਿੱਲ ਕਾਰ ਓਡੀਓ ਤੋਂ। ਭਾਅ ਜੀ ਇਸ ਵਾਰੀ ਮੈਂ ਦੇਖ ਰਿਹਾ ਜਿੱਦਾਂ ਬੈਚਿੰਗ ਹੈ ਕੂਨਰ ਹੈ, ਜਿਹੜੇ ਨੋਰਮਲ ਕੰਮ ਪਹਿਲਾਂ ਵੀ ਸੀਗੇ ਅੱਜ ਵੀ ਹੈਗੇ, ਬਟ ਇਹ ਮੈਂ ਦੇਖ ਰਿਹਾ ਜੀ ਇੱਕ ਅਲੱਗ ਹੀ ਫਿਟਮੈਂਟ ਕਰਤੀ ਤੁਸੀਂ। ਹਾਂਜੀ ਭਾਅ ਜੀ, ਇਹ ਬੰਪਰ ਦੇ ਵਿੱਚ ਮਤਲਬ ਟਵੀਟਰ ਵਗੈਰਾ ਅਤੇ ਸਬ ਵੂਫਰ ਵਗੈਰਾ ਲਾਏ ਆ ਜੀ ਇਹਦੇ ਵਿੱਚ। ਬੰਪਰ ਦੇ ਵਿੱਚ ਹੀ? ਬੰਪਰ ਦੇ ਵਿੱਚ ਲਾਏ ਆ ਜੀ। ਭਾਅ ਜੀ ਉਹ ਕਿੱਦਾਂ, ਕਿਹੜੇ ਹਿਸਾਬ ਨਾਲ ਲਾਤੇ, ਮਾੜਾ ਜਿਹਾ ਦਿਖਾਓ ਜ਼ਰਾ ਸਾਨੂੰ ਵੀ। ਭਾਅ ਜੀ ਬੰਪਰ ਦੇ ਵਿੱਚ ਹੀ ਜਾਨੀ 50 ਇੰਚ ਭਾਅ ਜੀ ਲੰਬਾ ਬੰਪਰ ਆ ਜੀ ਇਹ। ਪਹਿਲੇ ਤੁਸੀਂ ਬੰਪਰ ਦੀ ਲੈਂਥ ਜਿਹੜੀ ਆ ਉਹ ਚੈੱਕ ਕਰੋ, ਇਹ 50 ਇੰਚ ਲੰਬਾ। ਜੀ ਜੀ ਜੀ, 50 ਇੰਚ ਲੰਬਾ ਲੈਂਥ ਆ, ਤੇ ਭਾਅ ਜੀ ਉਸ ਤੋਂ ਬਾਅਦ ਥੱਲੇ ਭਾਅ ਜੀ 3 ਸਬ ਵੂਫਰ ਲਾਏ ਆ। ਲਓ ਜੀ, ਆਹ ਲੱਗਿਆ ਜੀ 3 ਸਬ ਵੂਫਰ, ਤੇ ਜਿੱਥੇ ਸਬ ਵੂਫਰ ਦੀ ਜਗ੍ਹਾ ਨਹੀਂ ਬਚੀ ਉੱਥੇ ਵੀ ਸਬ ਵੂਫਰ ਲਾਤੇ। ਹਾਂ ਭਾਅ ਜੀ, ਤੇ ਬਿਲਕੁਲ ਸੋਲਿਡ ਜਿਹੜਾ ਵਾ ਉਹ ਬੰਪਰ ਬਣਾਇਆ ਗਿਆ, ਉਹਦੇ ਵਿੱਚ ਜਿਹੜੇ ਸਬ ਵੂਫਰ ਫਿੱਟ ਕੀਤੇ ਗਏ 3 ਕਿੰਨੇ ਉਹਦੇ ਕਿੱਕਰ ਦੇ? ਕਿੱਕਰ ਦੇ ਭਾਅ ਜੀ 3 ਸਬ ਵੂਫਰ ਆ, K4 ਕੂਨਰ, K4 ਕਿੱਕਰ। ਹਾਂ ਹਾਂਜੀ ਭਾਅ ਜੀ। ਤੇ ਭਾਈ ਸਾਹਿਬ ਪਹਿਲੇ ਕਦੀ ਦੱਸੋ ਕਿ ਅੱਜ ਤੱਕ ਓਨਲੀ 1 ਇਨ ਇੰਡੀਆ ਹੈ, ਅੱਜ ਤੱਕ ਕਦੀ ਬੰਪਰ ਦੇ ਵਿੱਚ ਫਿੱਟ ਹੋਏ ਤੁਸੀਂ ਸਬ ਵੂਫਰ ਨਹੀਂ ਦੇਖੇ ਹੋਣਗੇ? ਤੇ ਜ਼ਬਰਦਸਤ ਫਿਟਮੈਂਟ ਦੇ ਨਾਲ 0-0 ਫਿਟਿੰਗ ਹੈ, ਉਸ ਤੋਂ ਬਾਅਦ ਥੱਲੇ 2 ਬਾਰ ਲਾਈਟਸ ਨੇ ਉਹ ਤੁਸੀਂ ਦੇਖ ਸਕਦੇ ਹੋ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਦਬਾ ਕੇ, ਕਿਉਂਕਿ ਇਹ ਜਿਹੜੇ ਸ਼ੌਂਕ ਨੇ ਤੁਹਾਨੂੰ ਪੰਜਾਬ 'ਚ ਦੇਖਣ ਨੂੰ ਮਿਲਣ ਵਾਲੇ। ਹਾਂਜੀ ਭਾਜੀ ਬਿਲਕੁਲ। ਤੇ ਭਾਜੀ ਇਹ ਵੱਲੇ ਹੀ ਸ਼ੌਂਕ ਲਾਤੇ ਹੈ ਭਾਜੀ ਉਹਨਾਂ ਦੀ ਭਾਜੀ ਜਿੱਦਾਂ ਵੀ। ਤੇ ਇਸ ਤੋਂ ਬਾਅਦ ਭਾਜੀ ਟਵਿੱਟਰ ਵੀ? ਹਾਂਜੀ ਭਾਜੀ, ਇਹ ਟਵਿੱਟਰ ਲਾਇਆ ਜੀ 4, ਮਤਲਬ ਵੋਕਲ ਦੇ ਨਾਲ ਜਿਹੜੀ ਛਣਛਣ ਆ ਉਹ ਵੀ ਪੂਰੀ ਉਹ ਵਧੀਆ ਭਾਜੀ ਲੱਗਦੇ ਮੋਰੇ ਚੱਲਦੇ ਵੀ। ਤੇ ਭਾਜੀ ਮੜਾ ਜਾ ਮਨ ਦੱਸੋ ਕਿ ਕਿਹੜੀ ਕੰਪਨੀ ਦੇ ਇਹ? ਭਾਜੀ MTX ਦੇ ਆ ਜੀ। MTX ਦੇ ਲਾਏ ਆ, ਤੇ ਤੁਹਾਨੂੰ ਜ਼ਬਰਦਸਤ ਕੰਮ ਹੋਣ ਵਾਲਾ ਹੈ ਇਹਦੀਆਂ ਰੀਲਸ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਸਾਡੀ ਇੰਸਟਾਗ੍ਰਾਮ ਆਈਡੀ ਤੇ ਗਿੱਲ ਕਾਰ ਓਡੀਓ ਤੇ ਮੋਡੀਫਾਈਡ ਅੰਡਰਸਕੋਰ ਕਲੱਬ 2020 ਦੇ ਵੀ। ਭਾਜੀ ਹੋਰ ਇਹਦੇ 'ਚ ਕੀ ਕੀ ਹੋਇਆ? ਭਾਈ ਜਿੱਦਾਂ ਸਾਈਡ ਦੇ ਉੱਤੇ ਵੀ ਸੀਲਿੰਗ ਕੀਤੀ ਹੈ ਭਾਜੀ, ਇਹਦੇ ਉੱਪਰ ਵੀ ਕਰ ਦਿੱਤੀ ਹੈ ਪੱਲਿਆਂ ਤੇ, ਮਤਲਬ ਇਹ ਜਿਹੜਾ ਬੰਪਰ ਆ ਪੂਰਾ ਕਵਰ ਕਰਤਾ? ਬੰਪਰ ਭਾਜੀ ਪੂਰਾ ਕਵਰ ਕੀਤਾ ਹੈ, ਨੈਵਰ ਫੋਲਡ ਨੈਵਰ ਬੈਕ ਡਾਊਨ। ਹਾਂਜੀ ਭਾਜੀ, ਤੇ ਜ਼ਬਰਦਸਤ ਬੈਚਿੰਗ ਦੇ ਨਾਲ, ਜ਼ਬਰਦਸਤ ਕਵਰਿੰਗ ਦੇ ਨਾਲ ਇਹ ਬੰਪਰ ਜਿਹੜਾ ਵਾ ਪੂਰਾ ਪੂਰਾ ਦਾ ਪੂਰਾ ਤਿਆਰ ਕੀਤਾ ਗਿਆ। ਇਹਦੇ ਜਿਹੜਾ ਹੋਰ ਯੂਨੀਕ ਕੰਮ ਹੈ ਭਾਜੀ, ਇਹਦੇ ਟਾਇਰ ਜਿਹੜੇ ਨੇ ਉਹ ਚੇਂਜ ਕਰ ਦਿੱਤੇ ਗਏ ਹੁਣ। ਹਾਂਜੀ ਇਹ ਭਾਜੀ ਹੁਣ ਸਪੈਸ਼ਲ ਮੰਗਵਾਏ ਸੀਗੇ, ਤੇ ਪਿਛਲੇ ਵੀ ਤੇ ਭਾਜੀ ਮੋਰਲੇ ਵੀ ਚੇਂਜ ਕੀਤੇ ਸੀ ਭਾਜੀ। ਤੇ ਇਹ ਜਿਹੜੇ ਟਾਇਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਪਹਿਲੇ ਇੱਥੇ ਲੱਗੇ ਸੀਗੇ ਜਿਹੜੇ ਉਹ ਲੱਗੇ ਸੀਗੇ ਮੋਨਸਟਰ ਦੇ ਜਿਹੜੇ ਨੋਰਮਲ ਚੋੜੇ ਆਉਂਦੇ ਆ। ਜ਼ਬਰਦਸਤ ਲੁੱਕ ਦੇ ਨਾਲ ਹੈ ਇਹ, ਲੁੱਕ ਕਿੱਦਾਂ ਦੀ ਲੱਗੀ ਜ਼ਰੂਰ ਦੱਸਿਓ ਮੈਨੂੰ ਕਮੈਂਟ ਕਰਕੇ। ਤੇ ਬਹੁਤ ਹੀ ਜ਼ਬਰਦਸਤ ਤੇ ਵਧੀਆ ਘੈਂਟ ਚੀਜ਼ ਨੂੰ ਤਿਆਰ ਕੀਤੀ ਗਈ ਹੈ। ਤੇ ਭਾਜੀ ਮਜ਼ਾ ਆ ਗਿਆ ਟਾਇਰਾਂ ਦੀ ਲੁੱਕ ਵੀ ਦੇਖ ਕੇ, ਐਨ ਸੁਪਰ ਘੈਂਟ ਟਾਇਰ ਹੈ, ਜ਼ਬਰਦਸਤ ਲੁੱਕ ਦੇ ਨਾਲ ਹੈ ਜੀ। ਤੇ ਤੁਸੀਂ ਕਮੈਂਟ ਕਰਕੇ ਦੱਸਣਾ ਕਿ ਮੋਨਸਟਰ ਜ਼ਿਆਦਾ ਵਧੀਆ ਲੱਗਦੇ ਆ ਜਾਂ ਇਹ ਜ਼ਿਆਦਾ ਵਧੀਆ ਲੱਗਦੇ ਆ। ਭਾਜੀ ਇਸ ਤੋਂ ਬਾਅਦ ਮੈਨੂੰ ਮਾੜਾ ਜਿਹਾ ਲਾਈਟਾਂ ਬਾਰੇ ਵੀ ਜਾਣਕਾਰੀ ਦੇ ਦਿਓ। ਭਾਜੀ ਲਾਈਟਾਂ ਉਹੀ ਨੋਰਮਲ ਸਪਲੈਂਡਰ ਲਾਈਟਾਂ ਹੀ ਨੇ ਵੀਰੇ, ਜਿਹੜੀਆਂ ਜਲਦੀ ਚੇਂਜ ਕਰਾਂਗੇ ਭਾਜੀ, ਇਹ ਵੀ ਜਲਦੀ ਚੇਂਜ ਹੋਣ ਵਾਲੀਆਂ। ਤੇ ਟਰੈਕਟਰ ਤੁਹਾਨੂੰ ਜਿੱਦਾਂ ਕਿ ਪਤਾ ਹੀ ਹੈ ਪੂਰਾ ਮੈਟ ਬਲੈਕ ਦੇ ਵਿੱਚ ਹੈਗਾ। ਹਾਂਜੀ ਭਾਜੀ ਮੈਟ। ਭਾਜੀ ਹੋਰ ਇਹਦੇ 'ਚ ਵਧੀਆ ਕੰਮ ਜਿਹੜਾ ਉਹ ਕੀ ਕੀਤਾ ਗਿਆ? ਭਾਜੀ ਬਾਕੀ ਸਬ ਵੂਫਰ ਇਹਦੇ ਵਿੱਚ 26 ਲੱਗੇ ਨੇ ਜੀ ਟੋਟਲ। ਭਾਜੀ ਉਸ ਤੋਂ ਪਹਿਲੇ ਸਿਲੰਸਰ ਦਾ ਕੰਮ ਵੀ ਆਪਾਂ ਦਿਖਾ ਦਈਏ। ਹਾਂਜੀ ਭਾਜੀ ਐਗਜ਼ੌਸਟ ਲੱਗਿਆ, ਐਗਜ਼ੌਸਟ ਤੁਸੀਂ ਦੇਖ ਸਕਦੇ ਹੋ ਇਧਰੋਂ ਘੁਮਾ ਕੇ, ਆ ਲੱਗਿਆ ਦਾ ਇਧਰੋਂ ਕੱਢਿਆ ਦਾ, ਤੇ ਫਰੰਟ ਤੋਂ ਜਿਹੜੀ ਲੁੱਕ ਹੈ ਉਹ ਸੁਪਰ ਮਤਲਬ ਸੈਕਸੀ ਵਾਲੀ। ਹਾਂਜੀ ਭਾਜੀ, ਹੈ ਨਾ ਭਾਜੀ। ਤੇ ਭਾਜੀ ਜਿੱਦਾਂ ਦੇ ਸ਼ੌਂਕ ਟਰੈਕਟਰ ਨੂੰ ਕੂਨਰ ਵੀ ਤਿਆਰ ਕਰਦਾ, ਮੈਂ ਨਹੀਂ ਦੇਖਿਆ ਕਿਸੇ ਹੋਰ ਨੂੰ ਤਿਆਰ ਕਰਦੇ, ਹੈ ਨਾ ਭਾਜੀ। ਹੁਣੀ ਬਾਲੀ ਰੀਜ ਲਾਉਂਦੇ ਆ ਜੀ। ਬਿਲਕੁਲ ਭਾਜੀ ਬਿਲਕੁਲ। ਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਡਾਊਨ ਸੀਲਿੰਗ ਦੀ। ਹਾਂਜੀ ਭਾਜੀ, ਭਾਜੀ ਡਾਊਨ ਸੀਲਿੰਗ 'ਚ ਥੋੜੀ ਜਾਣਕਾਰੀ ਦਿਓ। ਡਾਊਨ ਸੀਲਿੰਗ ਭਾਜੀ ਉਹਨਾਂ ਦੀ ਡਿਮਾਂਡ ਸੀਗੀ ਕਿ AK-47 ਨਾਲ ਲਾਉਣੀ ਆ ਤੇ ਇਹੀ ਕੁਝ ਕਰਨਾ, ਬਾਕੀ ਇਹ ਵੀ ਭਾਜੀ ਬਾਅਦ ਥੋੜਾ ਟਾਈਮ ਹੀ ਆ, ਇਹ ਫਿਰ ਚੇਂਜ ਹੋਣ ਵਾਲੀ ਹੈ ਜੀ, ਹੋਣੇ ਵਾਲੀ ਹੈ ਚੇਂਜ। ਕੀ ਬਾਤ ਹੈ ਜੀ। ਤੇ ਤੁਸੀਂ ਡਾਊਨ ਸੀਲਿੰਗ ਦੇਖ ਸਕਦੇ ਹੋ, ਉਸ ਤੋਂ ਅੱਗੇ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਵਾਂ ਜਿਹੜਾ ਸਾਊਂਡ ਸਿਸਟਮ ਦੇ ਵਿੱਚ ਜਿਹੜਾ ਫਰੰਟ ਤੇ ਐਂਡਰੋਇਡ ਪਲੇਅਰ ਲੱਗਾ, MTX ਦੇ 2 ਲੱਗ
ਟਰੈਕਟਰ ਆ ਚੁੱਕਿਆ ਜੀ ਭਾਜੀ ਇਹ ਡੀਜੇ ਆ ਕਿ ਮਤਲਬ ਕੀ ਸ਼ੋ ਕੀ ਕਰਨਾ ਚਾਹੁੰਦੇ ਉਹਨੂੰ ਭਾਜੀ ਬਾ ਭਾਜੀ ਉਹਨਾਂ ਦੀ ਡਿਮਾਂਡ ਸੀਗੀ ਪਹਿਲਾਉਣੇ 26 ਆ ਜੀ पूरी दी पूरी दीवार तुसी देख सकते हो पूरी जिहड़ी वॉल है ये सब वूफर्स नाल भरी हुई है भाजी इहदे दे यार एम्प भी बड़े तुहानू यूज करने पैंदे होणगे जिहड़े हांजी वीरे एम्पलीफायर टोटली जिद्दां ਮੀ ਰਨ ਕਰਦੇ ਭਾਜੀ ਕਿੱਕਰ ਦੇ ਜਿੱਦਾਂ ਸਬ ਵੂਫਰ ਲੱਗੇ ਹੋਏ ਆ ਇਹਨੂੰ ਭਾਜੀ ਇੱਕ ਮੋਨੋ ਉੱਤੇ 4 ਰਨ ਕੀਤੇ ਹੋਏ ਆ ਭਾਜੀ ਕਿਹੜੀ ਮੋਨੋ ਕਿਹੜੀ ਲੱਗੀ ਆ ਮੋਬਾਈਲ ਆਡੀਓ ਦੀਆਂ ਲੱਗੀਆਂ ਹੋਈਆਂ ਇੱਕ ਮੋਬਾਈਲ ਆਡੀਓ ਦੇ 4 ਸਬ ਵੂਫਰ ਰਨ ਹੋ ਰਹੇ ਆ ਮਤਲਬ ਟੋਟਲ ਲੱਗੇ 26 ਤੇ ਆਪਾਂ ਕਿੰਨੇ ਲਾਤੇ ਇਹਨੂੰ ਬਈ ਜਿਹੜੇ ਥੱਲੜੇ 15 ਇੰਚੀ ਲੱਗੇ ਆ ਉਹਦੇ ਵਾਸਤੇ ਐਂਬੂਲੈਂਸ ਦਾ ਮੋਨੋ ਲਾਇਆ ਹੋਇਆ ਭਾਜੀ ਅੱਛਾ ਉਹਦੇ ਲਈ ਅਲੱਗ ਲਾਇਆ ਉਹਦੇ ਵਾਸਤੇ ਅਲੱਗ ਲੱਗਾ ਹੋਇਆ ਤੇ ਭਾਜੀ ਇਹਦੀ ਜਿਹੜੇ ਤੁਸੀਂ ਦੱਸ ਰਹੇ ਹੋ ਮੋਨੋ ਜਾਂ ਜਿਹੜੇ ਲੱਗੇ ਨੇ 4 ਚੈਨਲ ਇਹ ਨਜ਼ਰ ਨਹੀਂ ਆ ਰਹੇ ਲਾਏ ਕਿੱਥੇ ਆ ਬਈ ਇਹ ਸਾਈਡ ਤੇ ਰਿਪਲੇਸਮੈਂਟ ਕੀਤਾ ਹੋਇਆ ਭਾਜੀ ਪੂਰਾ ਉਹਦੇ ਵਿੱਚ ਪੱਖੇ ਪੁੱਖੇ ਲਾ ਕੇ ਜਿੱਦਾਂ ਇਹ ਚੈੱਕ ਕਰੋ ਭਾਈ ਸਾਹਿਬ ਇਹਦੇ ਅੰਦਰ ਜੇ ਤੁਹਾਨੂੰ ਕੈਮਰਾ ਜਸਟੀਫਾਈ ਕਰ ਰਿਹਾ ਤੇ ਤੁਹਾਨੂੰ ਜਿਹੜੇ ਸਭ ਮੋਨੋ ਤੇ 4 ਚੈਨਲ ਨਜ਼ਰ ਆ ਰਹੇ ਹੋਣਗੇ ਤੇ ਇਹਦੇ ਵਿੱਚ ਪੂਰੀ ਜਾਲੀ ਲਗਾ ਕੇ ਜਗ੍ਹਾ ਛੱਡੀ ਆ ਤਾਂ ਕਿ ਜਿਹੜੀ ਹਵਾ ਦੀ ਕਰੋਸਿੰਗ ਹੈ ਉਹ ਪੂਰੀ ਚਲਦੀ ਰਹੇ ਹਾਂ ਭਾਜੀ ਬਿਲਕੁਲ ਬਿਲਕੁਲ ਭਾਜੀ ਐਂਡੀ ਕਰਾਤਾ ਯਾਰ ਕੰਮ ਮਤਲਬ 26 ਸਭ ਉੱਪਰ ਦੇ ਨਾਲ ਤੁਸੀਂ ਦੇਖ ਸਕਦੇ ਹੋ ਜੀ ਦਿਲਜੀਤ ਕੁੰਨਰ ਵੀਰ ਦਾ ਟਰੈਕਟਰ ਜਿਹੜਾ ਵਾ ਉਹ ਰੈਡੀ ਪਿਆ ਮਤਲਬ ਐਂਡੀ ਗੱਲਬਾਤ ਹੈ ਇਹਦੇ ਤੋਂ ਪਿੱਛੇ ਕੁਛ ਨਹੀਂ ਰਹਿ ਜਾਂਦਾ ਭਾਜੀ ਇਸ ਤੋਂ ਬਾਅਦ ਮੈਂ ਦੇਖ ਰਿਹਾ ਤੁਸੀਂ ਇਹ ਲੋ ਬਾਸ ਦੇ ਵੀ ਪਾਨਾ ਸਾਊਂਡ ਦੇ ਲਾਏ ਆ ਇਹ ਭਾਜੀ ਪਾਨਾ ਸਾਊਂਡ ਦੇ ਆ ਜੀ ਪਹਿਲਾਂ ਸਾਊਂਡ ਦੇ ਵੀ ਤੁਸੀਂ ਚੈੱਕ ਕਰ ਸਕਦੇ ਹੋ ਮਿੱਡਾ ਕਹਿ ਸਕਦੇ ਇਹਨੂੰ ਜੀ ਭਾਜੀ ਮਿੱਡਾ ਹੀ ਕਹਿ ਸਕਦੇ ਡੈਸ਼ਬੋਰਡ ਤੇ ਲੱਗਦੀਆਂ ਨੇ ਉਦਾਂ ਆਪਾਂ ਉਹਦਾ ਤੁਸੀਂ ਇੱਥੇ ਵੀ ਲਾਤੀਆਂ ਹਾਂਜੀ ਵੀਰੇ ਨਾਲ ਫਰਾਰੀ ਵੀ ਇਹ ਫਰਾਰੀ ਦਾ ਲੋਗੋ ਆ ਭਾਜੀ ਤੇ ਜ਼ਬਰਦਸਤ ਹੈ ਜੀ ਲੁੱਕ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਬੈਕ ਸਾਈਡ ਤੋਂ ਜਿਹੜਾ ਫਰੇਮ ਤਿਆਰ ਕੀਤਾ ਜਿਹੜੀ ਪੇਟੀ ਤਿਆਰ ਕੀਤੀ ਗਈ ਹੈ ਬਹੁਤ ਹੀ ਨੀਟ ਐਂਡ ਕਲੀਨ ਤੇ ਵਧੀਆ ਸਾਫ਼ ਸੁਥਰੇ ਢੰਗ ਦੇ ਨਾਲ ਸਾਰਾ ਕੰਮ ਕੀਤਾ ਗਿਆ ਉਸ ਤੋਂ ਬਾਅਦ ਭਾਜੀ ਅੱਗੇ ਆਈਏ ਜ਼ਰਾ ਤੇ ਇਸ ਸਾਈਡ ਤੇ ਵੀ ਜਿਹੜੇ ਨੇ ਮੋਨੋ ਤੇ 4 ਚੈਨਲ ਦੀ ਫਿਟਿੰਗ ਹੈ ਹਾਂਜੀ ਭਾਜੀ ਇਧਰਲੇ ਬੰਨੇ ਤੇ ਉਧਰਲੇ ਬੰਨੇ ਭਾਜੀ ਮੋਨੋ 4 ਚੈਨਲ ਐਂਪ ਸਾਰੇ ਐਂਪ ਤੁਸੀਂ ਲਗਾਤੇ ਇਧਰ ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਭਾਜੀ ਜਿਹੜਾ ਬੈਕ ਸਾਈਡ ਦਾ ਟਾਇਰ ਆ ਉਹ ਵੀ ਚੋੜੇ ਪਾਤੇ ਹਾਂਜੀ ਭਾਜੀ ਇਹ ਮਰਗਾੜ ਉੱਚੇ ਕਰਕੇ ਥੋੜੇ ਜੇ ਤੇ ਫਿਰ ਕੋ ਸਾਈਜ਼ ਭਾਜੀ ਹੋਰ ਮੰਗਾਇਆ ਸੀਗਾ ਭਾਜੀ ਹੁਣੀ ਮਤਲਬ 30 ਸਾਈਜ਼ ਦੇ ਆਰ 30 ਪਾਏ ਆ ਇਹਨੂੰ ਜਿਹੜੇ ਨਾਲ ਆਂਦੇ 28 ਆਂਦੇ ਆ ਇਸ ਤੋਂ ਵੀ ਵੱਡਾ ਸਾਈਜ਼ ਵੀਰੇ ਹੁਣੀ ਮੰਗਾਇਆ ਹੋਇਆ ਵੀਰੇ ਉਹ ਆਇਆ ਨਹੀਂ ਸੀਗਾ ਹਲੇ ਫਿਲਹਾਲ ਟਾਈਮ ਕਰਨੇ ਲਈ ਇਹ ਪਾਇਆ ਸੀ ਉਹ ਆਊਗਾ ਜਲਦੀ ਤਾਂ ਭਾਜੀ ਪਾਵਾਂਗੇ 540/65 R30 ਤੇ ਭਾਈ ਸਾਹਿਬ ਇਹਦੇ ਬੰਪਰ ਜਿਹੜੇ ਆ ਉਹ ਚੁਕਾਏ ਗਏ ਆ ਥੋੜੇ ਜਿਹੜੇ ਸਾਈਡ ਤੇ ਤੁਹਾਨੂੰ ਮੈਂ ਕੰਮ ਦਿਖਾਉਣਾ ਚਾਹੁੰਦਾ ਆ ਚੈੱਕ ਕਰ ਸਕਦੇ ਹੋ ਤੁਸੀਂ ਫਾਈਬਰ ਲਗਵਾ ਕੇ ਐਕਸਟੈਂਡ ਕੀਤੇ ਗਏ ਤਾਂ ਜਿਹੜੀ ਲੁੱਕ ਹੈ ਉਹ ਵਧੀਆ ਲੱਗੇ ਬਿਲਕੁਲ ਬਿਲਕੁਲ ਤੇ ਜ਼ਬਰਦਸਤ ਲੁੱਕ ਦੇ ਨਾਲ ਕੁੰਨਰ ਵੀ ਦਾ ਟਰੈਕਟਰ ਜਿਹੜਾ ਉਹ ਤੁਹਾਡੇ ਸਾਹਮਣੇ ਪੇਸ਼ ਹੈ ਅੱਜ ਤੇ ਵੱਧ ਤੋਂ ਵੱਧ ਪਿਆਰ ਦੇ ਦਿਓ ਇਸ ਵੀਡੀਓ ਨੂੰ ਭਾਜੀ ਜੇ ਮੈਂ ਅੱਗੇ ਗੱਲ ਕਰਾਂ ਇਹ ਭਾਜੀ ਵੈਸੇ ਲਾਈ ਹੋਈ ਹੈ ਚੱਲਦਾ ਵਰਕ ਨਹੀਂ ਹਲੇ ਇਹ ਵਰਕਿੰਗ 'ਚ ਅਜੇ ਆਈ ਨਹੀਂ ਤੁਸੀਂ ਦੇਖ ਸਕਦੇ ਹੋ ਅਜੇ ਇਹਨੂੰ ਕੋਈ ਵੀ ਫਿਟਮੈਂਟ ਜਿਹੜੀ ਨਹੀਂ ਕੀਤੀ ਗਈ ਆਉਣ ਵਾਲਾ ਪ੍ਰੋਸੈਸ ਜਿਹੜਾ ਦਾ ਚਾਲੂ ਹੈ ਤੇ ਇਸ ਤੋਂ ਬਾਅਦ ਜਿਹੜਾ ਮੈਂ ਤੁਹਾਨੂੰ ਭਾਜੀ ਪਲੇਟਫਾਰਮ ਵੀ ਦਿਖਾਉਣਾ ਚਾਹੁੰਦਾ ਅਰਜਨ ਵੈਲੀ ਤੇ ਕੁੰਨਰ ਦੇ ਨਾਲ ਬੈਚਿੰਗ ਦੇ ਕੇ ਤੁਸੀਂ ਦੇਖ ਸਕਦੇ ਹੋ ਜਿਹੜੀ ਲਾਈਟਿੰਗ ਜਗਦੀ ਹੈ ਨਾਈਟ ਟਾਈਮ ਦੇ ਉੱਤੇ ਬੜੀ ਸੋਹਣੀ ਲੱਗਦੀ ਹੈ ਹਾਂਜੀ ਭਾਜੀ ਬਾਕੀ ਸਟੀਅਰਿੰਗ ਵੀ ਭਾਜੀ ਲਾਈਟਾਂ ਵਾਲਾ ਦਿਖਾਓਗੇ ਭਾਜੀ ਜਿਹੜਾ ਸਟੀਅਰਿੰਗ ਬਾਰੇ ਵੀ ਜਾਣਕਾਰੀ ਦਿਓ ਥੋੜੀ ਜੀ ਇਹ ਭਾਜੀ ਭਾਜੀ ਹੁਣੀ ਆਪੇ ਤਿਆਰ ਕਰਵਾਇਆ ਸੀ ਜਿੱਦਾਂ ਅੱਛਾ ਜੀ ਸ਼ਿਪ ਦੇ ਆਉਂਦੇ ਨੇ ਭਾਜੀ ਉਹ ਸਟੀਅਰਿੰਗ ਆ ਕਹਿਣ ਦਾ ਵੀ ਬਿਲਕੁਲ ਭਾਜੀ ਜਿੱਦਾਂ ਉਹ ਵੱਡੇ ਵੱਡੇ ਸ਼ਿਪ ਚੱਲਦੇ ਆ ਕਰੂਜ਼ ਚੱਲਦੇ ਆ ਉਸ ਹਿਸਾਬ ਦਾ ਲਾਈਟਿੰਗ ਵਾਲਾ ਜਿਹੜਾ ਸਟੀਅਰਿੰਗ ਹੈ ਤੇ ਟਰੈਕਟਰ ਦਾ ਕਿਹੜਾ ਪਾਰਟ ਜਿਹੜਾ ਤੁਹਾਨੂੰ ਸਭ ਤੋਂ ਸੋਹਣਾ ਲੱਗਾ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ ਆਪਣੇ ਵੱਲੋਂ ਜ਼ਬਰਦਸਤ ਲੁੱਕ ਦੇ ਨਾਲ ਜ਼ਬਰਦਸਤ ਤਿਆਰੀ ਦੇ ਨਾਲ ਟਰੈਕਟਰ ਜਿਹੜਾ ਵਾ ਪੂਰਾ ਤੁਹਾਨੂੰ ਤਿਆਰ ਹੈ ਇੱਕ ਵਾਰੀ ਮੈਂ ਤੁਹਾਨੂੰ ਸ਼ਾਰਟਕੱਟ ਦੇ ਵਿੱਚ ਤੁਹਾਡਾ ਟਰੈਕਟਰ ਦੀ ਜਿਹੜੀ ਆਪਾਂ 360° ਵਾਕ ਅਰਾਊਂਡ ਹੈ ਇੱਕ ਵਾਰੀ ਦੁਬਾਰਾ ਲੈ ਲਈਏ ਜੇ ਕੋਈ ਕੰਮ ਹੈ ਤਾਂ ਆਪਾਂ ਮਿਸ ਨਾ ਕਰ ਦਈਏ ਸਭ ਤੋਂ ਪਹਿਲੇ ਤੁਹਾਨੂੰ ਦਿਖਾਉਣਾ ਚਾਹੁੰਦਾ ਕਿ ਇਸ ਟਰੈਕਟਰ ਦੇ ਵਿੱਚ ਜਿਹੜੇ ਲੱਗੇ ਨੇ 26 ਸਬ ਵੂਫਰ ਲੱਗੇ ਨੇ ਟੋਟਲ ਤੇ ਕਿੱਥੇ ਕਿੱਥੇ ਕਿੱਦਾਂ ਕਿੱਦਾਂ ਫਿਟਮੈਂਟ ਹੋਈ ਹੈ ਅੱਜ ਤੱਕ ਤੁਸੀਂ ਦੇਖੀ ਨਹੀਂ ਹੋਊਗੀ ਉਹ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਤੁਸੀਂ ਚੈੱਕ ਕਰਦੇ ਰਹੋ ਦੇਖਦੇ ਰਹੋ ਸਭ ਤੋਂ ਪਹਿਲੇ ਬੰਪਰ ਜਿਹੜਾ ਐਕਸਟੈਂਡ ਕਰਕੇ ਲਗਾਇਆ ਗਿਆ ਇਹ ਭਾਜੀ 50 ਇੰਚ ਦਾ ਹਾਂਜੀ ਭਾਜੀ 50 ਇੰਚ ਉਸ ਤੋਂ ਬਾਅਦ ਜਿਹੜੀ ਇਹ ਫਿਟਮੈਂਟ ਦੇਖ ਸਕਦੇ ਹੋ ਤੁਸੀਂ ਇਹ ਲੱਗੀਆਂ ਨੇ ਟਵਿੱਟਰ ਦੀਆਂ ਫਿਟਮੈਂਟਸ ਇਹਦੇ ਨੀਚੇ ਆ ਤੁਸੀਂ ਚੈੱਕ ਕਰ ਸਕਦੇ ਹੋ ਜੀ 3 ਕਿੱਕਰ ਦੇ ਜਿਹੜੇ ਆ ਸਬ ਵੂਫਰ ਲੱਗੇ ਹੋਏ ਆ 2 ਲੱਗੀਆਂ ਨੇ ਬਾਰ ਲਾਈਟਸ ਜਿਹੜੇ ਮੌਨਸਟਰ ਟਾਇਰ ਹਟਾ ਕੇ ਜਿਹੜੇ ਜੀਪ ਲੁੱਕ ਟਾਇਰ ਪਾ ਦਿੱਤੇ ਗਏ ਪਰ ਉਸ ਤੋਂ ਵੀ ਜ਼ਿਆਦਾ ਚੌੜੇ ਲੱਗੇ ਨੇ 550/17 ਦੇ ਟਾਇਰ ਨੇ ਤੇ ਬਹੁਤ ਹੀ ਵਧੀਆ ਲੁੱਕ ਦੇ ਰਹੇ ਨੇ ਜ਼ਬਰਦਸਤ ਹੈ ਜਿੱਦਾਂ ਕਿ ਟਰੈਕਟਰ ਬਾਰੇ ਤੁਹਾਨੂੰ ਪਤਾ ਕਿ ਮੈਟ ਬਲੈਕ ਟਰੈਕਟਰ ਹੈ 3 ਸਬ ਵੂਫਰ ਤੁਸੀਂ ਦੇਖ ਲਏ ਅਗਲੇ ਤੁਹਾਨੂੰ ਮੈਂ ਦਿਖਾਉਣ ਜਾ ਰਿਹਾ ਤੁਸੀਂ ਚੈੱਕ ਕਰ ਸਕਦੇ ਹੋ 2, 2, 4, 2, 6, 2, 8 8 ਲੱਗੇ ਨੇ ਫਰੰਟ ਸਾਈਡ ਤੇ 4 ਲੱਗੇ ਨੇ ਓਵਲ ਸਪੀਕਰ 2 ਲੱਗੇ ਨੇ ਰਾਊਂਡ ਸਪੀਕਰ ਐਂਡਰੋਇਡ ਪਲੇਅਰ ਲੱਗਾ ਡਾਊਨ ਸੀਲਿੰਗ ਜਿਹੜੀ ਆ ਬਹੁਤ ਹੀ ਸੋਹਣੇ ਤਰੀਕੇ ਦੀ ਤਿਆਰ ਕੀਤੀ ਗਈ ਤੁਸੀਂ ਚੈੱਕ ਕਰ ਸਕਦੇ ਹੋ AK-47 ਦੇ ਨਾਲ ਉਸ ਤੋਂ ਬਾਅਦ ਇਹਨੂੰ ਮੈਂ ਇਸ ਸਾਈਡ ਤੇ ਫਿਟਿੰਗ ਦਿਖਾਉਣਾ ਚਾਹੁੰਦਾ ਜਿਹੜੀਆਂ ਮੋਨੋ ਲੱਗੀਆਂ 4 ਚੈਨਲ ਲੱਗੇ ਸਾਰੇ ਇਸ ਸਾਈਡ ਲੱਗੇ ਨੇ ਤੇ ਇਹ ਤੁਸੀਂ ਦੀਵਾਰ ਜਿਹੜੀ ਹੈ ਨਾ ਇਹਨੂੰ ਮਿਸ ਨਹੀਂ ਕਰ ਸਕਦੇ ਆਹ ਗਿਨੋ ਜਰਾ 3 ਸਬ ਵੂਫਰ ਉੱਪਰ ਹੋ ਗਏ ਜੀ 3, 2, 5 ਤੇ 2, 7 ਤੇ 2, 9 ਤੇ 1 ਇਸ ਸਾਈਡ 10 1 ਇਸ ਸਾਈਡ 11 ਤੇ 11 ਫਰੰਟ ਸਾਈਡ ਤੇ 22 ਤੇ 4 ਇਹ ਲੱਗੇ 26 ਭਾਈ ਸਾਹਿਬ ਇੰਨੀ ਸਬ ਵੂਫਰ ਦੀ ਫਿਟਮੈਂਟ ਤੁਸੀਂ ਕਦੀ ਨਹੀਂ ਦੇਖੀ ਹੋਊਗੀ 26 ਸਬ ਵੂਫਰ ਦੇ ਨਾਲ ਟਰੈਕਟਰ ਤਿਆਰ ਹੈ ਤੇ ਕਿੱਦਾਂ ਦਾ ਲੱਗਾ ਕਮੈਂਟ ਕਰ ਦਿਓ ਜੇ ਨਹੀਂ
GNW ਵਾਲਿਆਂ ਨੇ GNW ਤੇ ਬਹੁਤ ਸੋਹਣਾ ਤਿਆਰ ਆ ਭਾਜੀ ਹੁਣ ਜਾਂਦੇ ਜਾਂਦੇ ਆਪਣਾ ਫੋਨ ਨੰਬਰ ਤੇ ਐਡਰੈਸ ਦੱਸ ਦੋ ਭਾਜੀ ਫੋਨ ਨੰਬਰ ਹੈਗਾ ਜੀ 8872590445 ਤੇ ਐਡਰੈਸ ਹੈਗਾ BPO ਸੜੋਆ ਭਾਜੀ ਤੇ ਭਾਜੀ ਦਾ ਨੰਬਰ ਜਿਹੜਾ ਸਾਰੀ ਵੀਡੀਓ 'ਚ ਨੀਚੇ ਫਲੈਸ਼ ਹੋ ਰਿਹਾ ਤੁਸੀਂ ਕਾਲ ਕਰ ਸਕਦੇ ਹੋ ਜ਼ਬਰਦਸਤ ਲੁੱਕ ਹੈ ਯਾਰ ਮੈਨੂੰ ਤਾਂ ਲੱਗੀ ਇੱਕ ਨੰਬਰ ਹਰ ਵਾਰ ਨਵੀਂ ਲੁੱਕ ਦੇ ਨਾਲ ਨਵੇਂ ਸਬਵੂਫਰ ਦੇ ਨਾਲ ਹੁਣ ਐਤਕੀ ਆ ਗਿਆ 26 ਸਬਵੂਫਰ ਤੇ ਜਲਦੀ ਜਲਦੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਤੇ ਇਹਦੀ ਰੀਲਸ ਦੇਖਣ ਲਈ ਇੰਸਟਾਗ੍ਰਾਮ ਐਡ ਨੂੰ ਫੋਲੋ ਕਰ ਲਓ modified_club2020 ਤੇ ਗਿਲ ਕਾਰ ਓਡੀਓ ਪਿਆਰ ਦਿੰਦੇ ਰਹੋ ਦੋਸਤੋ ਇੱਦਾਂ ਅਸੀਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਹੁਣ ਇਸ ਤੋਂ ਬਾਅਦ ਅਗਲੇ ਦਿਨ ਇੱਕ ਦਿਨ ਛੱਡ ਕੇ ਤੁਹਾਨੂੰ ਦੇਖਣ ਨੂੰ ਮਿਲੇਗਾ ਪਾਰਟ 2 ਤੇ ਆਪਾਂ ਪਾਰਟ 2 ਵੱਲ ਅੱਗੇ ਚੱਲੀਏ ਭਾਜੀ ਤੇ ਇਹਨੂੰ ਪਿਆਰ ਦਿਓ ਤੇ ਪਰਸੋਂ ਦੇਖਿਓ ਪਾਰਟ 2 ਦੀ ਵੀਡੀਓ।